ਲਓ ਜੀ, ਜਿਹੜੇ ਬਾਹਰ ਜਾਣ ਦਾ ਜਿਨ੍ਹਾਂ ਦਾ ਪਲੈਨ ਹੈ, ਜਾਣਾ ਚਾਹੁੰਦੇ ਨੇ, ਜਾਂ ਕਿਸੇ ਨੂੰ ਬੈਂਡ ਨਹੀਂ ਮਿਲਦੇ, ਸਭ ਤੋਂ ਵੱਡੀ ਗੱਲ ਇਹ ਆਉਂਦੀ ਹੈ, ਇੱਥੇ ਆ ਕੇ ਘੁੰਡੀ ਅੜ ਜਾਂਦੀ ਹੈ, ਪੜ੍ਹਦੇ ਨੇ ਫਿਰ ਫੇਲ ਹੋ ਜਾਂਦੇ ਨੇ, ਫਿਰ ਬੈਂਡ, ਜਿਨ੍ਹਾਂ ਨੂੰ ਬੈਂਡ ਘੱਟ ਮਿਲਦੇ ਨੇ ਉਹਨਾਂ ਦੇ ਬੈਂਡ ਵੀ ਪੂਰੇ ਹੁੰਦੇ ਨੇ। ਅਤੇ ਜਿਹੜੇ ਵੀ ਮਰਜ਼ੀ ਦੇਸ਼ ਦਾ ਤੁਸੀਂ ਵੀਜ਼ਾ ਲਵਾ ਸਕਦੇ ਹੋ, ਪੂਰਾ ਤਸੱਲੀ ਬਖਸ਼ BHP ਬਾਬਾ ਹੀਰਾਪੁਰੀ ਜੀ ਵਾਲਿਆਂ ਵੱਲੋਂ। ਅਤੇ ਇਹਨਾਂ ਦੀਆਂ ਜਿਹੜੀਆਂ ਬ੍ਰਾਂਚਾਂ ਨੇਗੀਆਂ ਤੁਹਾਡੇ ਨੇੜੇ, ਹੀਰੋ ਕਲਾਂ, ਬੁਢਲਾਡਾ, ਮੁਹਾਲੀ, ਤਲਵੰਡੀ ਸਾਬੋ, ਲਹਿਰਾ, ਧਨੌਲਾ, ਸਾਰੀਆਂ ਜਗ੍ਹਾ 'ਤੇ ਨੇ। ਤੁਸੀਂ ਜਿੱਥੋਂ ਵੀ ਦੇਖ ਰਹੇ ਹੋ, ਤੁਹਾਨੂੰ ਪੂਰਾ ਇੱਕ ਨੰਬਰ ਦੇ ਵਿੱਚ ਬਾਹਰ ਭੇਜਿਆ ਜਾਊਗਾ। ਅਤੇ ਬਾਬਾ ਜੀਆਂ ਦੇ ਪੱਕੇ ਸੇਵਕ ਨੇ, ਸਭ ਤੋਂ ਨੇੜਲੇ ਸੇਵਕ ਡੇਰਾ ਬਾਬਾ ਹੀਰਾਪੁਰੀ ਜੀ ਦੇ, ਜੋ ਮੇਨ ਮੁਖੀ ਨੇ ਬਾਬਾ ਖੁਸ਼ੀ ਨਾਥ ਜੀ, ਉਹਨਾਂ ਦੇ ਪੱਕੇ ਭਗਤ ਨੇ, ਸਭ ਤੋਂ ਨੇੜਲੇ ਭਗਤ ਬਾਈ ਸੋਨੀ ਹੀਰੋ ਕਲਾਂ ਤੋਂ। ਤੁਹਾਨੂੰ ਬਿਲਕੁਲ ਟੈਨਸ਼ਨ ਲੈਣ ਦੀ ਲੋੜ ਨਹੀਂ ਜੇ ਤੁਹਾਨੂੰ ਬੈਂਡ ਨਹੀਂ ਆਉਂਦੇ, ਬਸ ਘਰ ਹੀ ਆਪਦੇ ਕੰਮ ਕਰਦੇ ਨੇ, ਕੋਈ ਇਹਨਾਂ ਦਾ ਉਹ ਨਹੀਂ ਬਣਾਇਆ ਹੈਗਾ। ਬਾਕੀ ਬਾਈ ਦੇ ਜਵਾਨੀ ਜੋ ਥੋੜ੍ਹੀ ਜਿਹੀ ਬਹੁਤੀ ਗੱਲ ਹੈਗੀ ਆਪਾਂ ਦੱਸ ਵੀ ਦਿੰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ ਜੀ। ਵੀਰੇ ਦੱਸ ਤੂੰ ਮਾੜਾ ਜਿਹਾ ਸੰਗਤਾਂ ਨੂੰ ਵੀ ਕਿੱਦਾਂ ਆਪਣਾ, ਤੁਸੀਂ ਕਿਹੜੇ ਕਿਹੜੇ ਦੇਸ਼ਾਂ 'ਚ ਭੇਜਦੇ ਹੋ, ਅਤੇ ਜਿਹਨਾਂ ਨੂੰ ਨਹੀਂ ਬੈਂਡ ਵਗੈਰਾ ਆਉਂਦੇ ਉਹਨਾਂ ਦਾ ਕਿਵੇਂ ਕਰਦੇ? ਬਾਈ ਪਿੰਡ ਮੇਰਾ ਹੀਰੋ ਕਲਾਂ, ਅਤੇ ਮੈਂ ਆਪਦੇ ਘਰ ਦੇ ਵਿੱਚ ਬਹਿ ਕੇ ਕੰਮ ਕਰਦਾ ਬਾਈ। ਮੇਰੇ ਹੋਰ ਵੀ ਬ੍ਰਾਂਚਾਂ ਨੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ, ਤੁਸੀਂ ਦੱਸੀ ਹੈ, ਪਰ ਮੇਨ ਮੈਂ ਆਪਦੇ ਘਰ ਦੇ ਵਿੱਚ ਹੀ ਦਫ਼ਤਰ ਖੋਲਿਆ ਹੋਇਆ ਬਾਈ। ਠੀਕ ਹੈ। ਕਿਉਂਕਿ ਜਿਹੜੀ ਸਾਡੀ ਲਾਈਨ ਹੈ ਬਾਈ, ਬਹੁਤ ਬਦਨਾਮ ਹੈ ਅਤੇ ਠੱਗੀਆਂ ਠੁੱਗੀਆਂ ਬਹੁਤ ਹੁੰਦੀਆਂ ਨੇ, ਤਾਂ ਕਰਕੇ ਅਸੀਂ ਆਪਦੇ ਘਰ ਦੇ ਵਿੱਚ ਹੀ ਕੰਮ ਕੀਤਾ ਹੋਇਆ ਵੀ ਲੋਕਾਂ ਨੂੰ, ਲੋਕਾਂ ਦਾ ਯਕੀਨ ਹੋਣਾ ਅਤੇ ਲੋਕਾਂ ਨਾਲ ਕਦੇ ਧੋਖਾ ਨਾ ਹੋਵੇ। ਪਹਿਲਾਂ ਘਰ ਵੀ ਲੋਕ ਆਪਣੇ ਘਰੇ ਆਉਣ, ਆਪਣਾ ਘਰ ਦੇਖਣ ਆ ਕੇ, ਫਿਰ ਤਾਂ ਕਰਕੇ ਅਸੀਂ ਆਪਦੇ ਘਰ ਦੇ ਵਿੱਚ ਕੰਮ ਕਰਦੇ ਹਾਂ। ਬਾਕੀ ਅਸੀਂ ਹਰ ਇੱਕ ਕੰਟਰੀ ਦਾ ਕੰਮ ਕਰਦੇ ਹਾਂ ਬਾਈ। ਜਿਹੜੇ ਵੀ ਅੜੇ ਹੋਏ ਕੰਮ ਨੇ, ਜੇ ਕਿਸੇ ਜਵਾਕ ਦਾ ਵੀਜ਼ਾ ਨਹੀਂ ਲੱਗ ਰਿਹਾ, ਬੇਸ਼ੱਕ ਉਹਨੂੰ ਬੈਂਡਾਂ ਦੀ ਪ੍ਰੋਬਲਮ ਹੈ ਜਾਂ ਰਿਫਿਊਜ਼ਲਾਂ ਵੱਧ ਨੇ, ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ, ਕੈਨੇਡਾ ਤਾਂ ਸਾਡਾ ਬਾਈ ਇੱਦਾਂ ਦਾ ਸਿਸਟਮ ਹੈ ਜਿਵੇਂ ਲੋਕ ਚੰਡੀਗੜ੍ਹ ਜਾਣਾ ਹੁੰਦਾ, ਵੀ ਕੈਨੇਡਾ ਤੁਹਾਨੂੰ ਇੰਨਾ ਕੁ ਯਕੀਨ ਆਪਦੇ ਆਪ 'ਤੇ ਵੀ ਜਿਹੜਾ ਮਰਜ਼ੀ ਬੰਦਾ ਆ ਜਾਵੇ, ਬੇਸ਼ੱਕ ਕੋਈ ਅਨਪੜ੍ਹ ਆ ਜਾਵੇ, ਅਸੀਂ ਉਹਨੂੰ ਹੀ ਭੇਜ ਦਿੰਦੇ ਹਾਂ। ਗਰੀਬ ਨੂੰ ਵੀ ਚਾਹਨਾ ਹੁੰਦੀ ਹੈ, ਉਹਨੂੰ ਵੀ ਭੇਜ, ਕਿਸੇ ਦੀ ਕੋਈ ਪੈਸਿਆਂ ਦੀ ਪ੍ਰੋਬਲਮ ਹੈ, ਕੋਈ ਵੀ ਕਿੱਦਾਂ ਦੀ ਪ੍ਰੋਬਲਮ ਹੈ ਬਾਈ, ਅਸੀਂ ਹੱਲ ਕਰਕੇ ਤੋਰਦੇ ਹਾਂ ਵੀ ਇੱਕ ਵਾਰੀ ਮੇਰੇ ਪਿੰਡ ਆ ਜਾਓ, ਮੇਰੇ ਘਰੇ ਆ ਕੇ ਜਾਓ, ਗਰੀਬਾਂ ਦੇ ਸਾਰੇ ਹੱਲ ਹੋਣਗੇ। ਬਾਕੀ ਕਿਰਪਾ ਬਾਬਾ, ਬਾਕੀ ਬਾਬਿਆਂ ਦੀ ਕਿਰਪਾ ਜੀ। ਨਾਲੇ ਤੁਹਾਨੂੰ ਪਤਾ ਵੀ ਆਪਾਂ ਕਿਸੇ ਦੀ ਕਦੇ ਪ੍ਰਮੋਸ਼ਨ ਨਹੀਂ ਕੀਤੀ, ਆਪਾਂ ਇੱਕ ਪ੍ਰਮੋਸ਼ਨ ਨਹੀਂ ਕਰਨਾ ਹੈ, ਆਪਾਂ ਤੁਹਾਨੂੰ ਇੱਕ ਇਹ ਦੱਸਣਾ ਆ ਵੀ ਜੇ ਤੁਸੀਂ ਸੱਚਾ ਸੁੱਚਾ ਕੰਮ ਕਰਨਾ, ਇੱਕ ਨੰਬਰ ਦੇ ਵਿੱਚ ਜਾਣਾ, ਜਿਵੇਂ ਬਾਈ ਨੇ ਆਖਿਆ ਬਾਈ ਘਰੇ ਕੰਮ ਕਰਦਾ, ਇਸ ਕੰਮ ਦੇ ਵਿੱਚ ਠੱਗੀਆਂ ਠੂਰੀਆਂ ਵੱਧ ਗਈਆਂ, ਦਫ਼ਤਰ ਕਿਤੇ ਹੋਰ ਹੁੰਦੇ ਨੇ, ਕੋਠੀਆਂ ਕਿਤੇ ਹੋਰ ਹੁੰਦੀਆਂ ਨੇ, ਹਫ਼ਤੇ ਹਫ਼ਤੇ ਬਾਅਦ ਆਪਣੀਆਂ ਲੋਕੇਸ਼ਨਾਂ ਬਦਲ ਜਾਂਦੇ ਨੇ, ਬਾਈ ਪਿੰਡ ਹੀਰੋ ਕਲਾਂ ਦੇ ਵਿਖੇ ਆਪਣੇ ਘਰ ਹੀ ਕੰਮ ਕਰਦਾ। ਬਾਬਾ ਜੀ ਜਿਵੇਂ ਕਹਿੰਦੇ ਨੇ ਸੱਚ ਸੱਚ ਦਾ ਕੰਮ ਕਰਨਾ, ਬਾਬਾ ਜੀ ਕਹਿੰਦੇ ਨੇ ਵੀ ਸੋਨੀ ਘੱਟ ਖਾ ਲਈ, ਵੀ ਆਪਾਂ ਨੇ ਕਿਸੇ ਤੋਂ ਬਦਨਾਮੀ ਨਹੀਂ ਖੱਟਣੀ ਹੈਗੀ ਕਿਸੇ ਕੰਮ ਦੀ। ਤੁਸੀਂ ਨੇ ਬਾਹਰ ਜਾਣਾ, ਤੁਹਾਡੇ ਨਹੀਂ ਬੈਂਡ ਮਿਲਦੇ, ਤਾਂ ਇੱਕ ਵਾਰੀ ਤੁਸੀਂ ਜ਼ਰੂਰ ਪਹੁੰਚੋ ਬਾਈ ਸੋਨੀ ਦੇ ਪਿੰਡ ਹੀਰੋ ਕਲਾਂ ਵੀ ਪਹੁੰਚ ਸਕਦੇ ਹੋ, ਨਹੀਂ ਫਿਰ ਬਾਬਾ ਹੀਰਾਪੁਰੀ ਡੇਰੇ ਦੇ ਵਿੱਚ ਪਹੁੰਚ ਸਕਦੇ ਹੋ, ਬਾਬਾ ਖੁਸ਼ੀ ਨਾਥ ਜੀਆਂ ਕੋਲ, ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਬਾਹਰ ਭੇਜਿਆ ਜਾਊਗਾ ਜੀ। ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ, ਤਾਂ ਕਿ ਆਪਣੇ ਭੈਣ ਭਰਾ ਝਾਂਸੇ ਦੇ ਵਿੱਚ ਨਾ ਫਸ ਸਕਣ। ਇੱਕ ਇੱਥੇ ਤੁਹਾਨੂੰ ਧਰਮ ਦੇ ਤੌਰ 'ਤੇ, ਸੱਚ ਦੇ ਤੌਰ 'ਤੇ ਤੁਸੀਂ ਜਿਹੜੀ ਮਰਜ਼ੀ ਕਾਊਂਟਰੀ 'ਚ ਜਾ ਸਕਦੇ ਹੋ, ਜਿੰਨੇ ਮਰਜ਼ੀ ਆਪਦੀ ਮਰਜ਼ੀ ਦੇ ਬੈਂਡ ਲੈ ਸਕਦੇ ਹੋ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ, ਧੰਨਵਾਦ। ਮੈਂ ਨਾਲੇ ਹੁਣ ਤੁਹਾਨੂੰ ਇੱਕ ਗੱਲ ਹੋਰ ਕਹਿ ਦੇਣਾ ਚਾਹੁੰਦਾ, ਮੈਂ ਨਿੱਜੀ ਤੌਰ 'ਤੇ ਜਾਣਦਾ ਬਾਈ ਨੂੰ, ਅੱਜ ਦਾ ਨਹੀਂ ਜਾਣਦਾ, ਸਾਡਾ 7-8 ਸਾਲ ਤੋਂ ਆਉਣ ਜਾਣ ਦਾ ਬਾਅਦ ਇੱਥੇ ਡੇਰੇ ਦੇ ਵਿੱਚ ਇੱਕ ਨੰਬਰ ਦੇ ਵਿੱਚ ਕੰਮ ਕੀਤਾ ਜਾਂਦਾ ਜੀ। ਧੰਨਵਾਦ।